ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ। ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ 'ਤੇ ਸਾਗਰ ਜੀ ਬਲੌਗਸ 'ਤੇ। ਜੇ ਚੈਨਲ 'ਤੇ ਨਵੇਂ ਨੇ, ਕਿਰਪਾ ਕਰਕੇ ਸਬਸਕ੍ਰਾਈਬ ਬਟਨ ਨੂੰ ਦੱਬ ਦਿਉ ਅਤੇ ਬੈਲ ਆਈਕਨ ਨੂੰ ਔਨ ਕਰ ਦਿਉ ਅਤੇ ਕਰਦੇ ਹਾਂ ਸ਼ੁਰੂ। ਰਿਐਕਸ਼ਨ ਦਿੰਦੇ ਹਾਂ, ਰਿਵਿਊ ਦਿੰਦੇ ਹਾਂ ਕਿ ਮੰਦ ਭਾਈ ਨੇ ਨਵਾਂ ਗਾਣਾ ਕੱਢਿਆ। ਫਿਰ ਇੱਕ ਹੋਰ ਸੁੱਚੀ ਨੀਤ ਸੁਣੋ। ਸੁੱਚੀਆਂ ਨੇਤਾਂ ਗੱਲ ਵਾਪ ਚੱਲਦੀ, ਮਰਨ ਤੋਂ ਬਾਅਦ ਬੰਦੇ ਨਹੀਂ ਉੱਠਦੇ, ਗੱਲਾਂ ਵੀ ਚੱਲਦੀਆਂ ਗੱਲਾਂ ਉੱਤੇ ਨਹੀਂ। ਹਾਂਜੀ ਦੋਸਤੋ, ਸੁਣਿਆ ਗਾਣਾ ਤੁਸੀਂ? ਭਾਈ ਦੇ ਕਹਿਣ ਦਾ ਮਤਲਬ ਆ ਕਿ ਜਿਹੜੇ ਮੈਨੂੰ ਕਹਿੰਦੇ ਸੀਗੇ ਕਿ ਤੂੰ ਕਿਸੇ ਯੋਗਾ ਨਹੀਂ, ਅੱਜ ਉਹਨਾਂ ਸਾਰੇ ਬੰਦਿਆਂ ਨੂੰ ਮੈਂ ਕਹਿੰਦਾ ਕਿ ਮੈਂ ਇਕੱਲਾ ਤੜ ਰੱਖਦਾ ਅਤੇ ਗਾਣੇ ਦੇ ਵਿੱਚ ਹੀ ਸਾਰਿਆਂ ਦੀ ਬੇਇੱਜ਼ਤੀ ਕਰੂੰਗਾ। ਦੇਖ ਲਓ ਤੁਸੀਂ, ਕਹਿੰਦੇ ਸੁੱਚੀ ਨੀਤ ਲੈ ਕੇ ਮੈਂ ਤੁਰਿਆ ਅਤੇ ਲੋਕ ਮੈਨੂੰ ਪੁੱਛਦੇ ਆ ਸਾਰੇ ਗਾਣੇ ਦੀ ਨਾ ਬੈਸਟ ਲਾਈਨ ਤਾਂ ਕੀ ਆ। ਕਹਿੰਦਾ ਭਾਈ, ਕਹਿੰਦਾ ਕਿ ਲੋਕ ਮੈਨੂੰ ਇਹ ਪੁੱਛਦਾ ਕਿੱਥੇ ਮੱਥੇ ਟੇਕਦਾ ਸੀਗਾ, ਕਿਹੜੇ ਰੱਬ ਕੋਲ ਮੱਥੇ ਟੇਕਦਾ ਸੀਗਾ ਕਿ ਜਿਹੜਾ ਤੂੰ ਇੰਨੀ ਚੜ੍ਹਾਈ ਕਰਦਾ ਵੀ ਇੰਨੀ ਤੇਰੀ ਗੱਲਬਾਤ ਆ। ਲਓ ਜੀ ਦੇਖ ਲਓ ਤੁਸੀਂ, ਇਹ ਗਾਣੇ ਸਭ ਤੋਂ ਬੈਸਟ ਪਾਰਟ ਆ। ਅਤੇ ਦੂਜੇ ਦਾ ਭਾਈ ਨੇ ਸੁੱਚੀ ਨੀਤ ਜੋ ਟਾਈਟਲ ਰੱਖਿਆ ਅਤੇ ਸੁੱਚੀ ਨੀਤ ਭਾਈ ਨੇ ਵਿੱਚ ਯੂਜ਼ ਕਰਨਾ ਹੀ ਆ ਕਿ ਰੱਖੀ ਮੈਂ ਸੁੱਚੀ ਨੀਤ ਅਤੇ ਅੱਜ ਕਰਦਾ ਮੈਂ ਚੜ੍ਹਾਈ ਹੈ। ਅਤੇ ਹੁਣ ਭਾਈ ਦਾ ਗਾਣਾ ਇੰਸਟਾਗ੍ਰਾਮ 'ਤੇ ਬਹੁਤ ਚੱਲਣਾ ਭਾਈ ਨੇ, ਇੰਸਟਾਗ੍ਰਾਮ 'ਤੇ ਘੱਟੋ ਘੱਟ 100 ਵੀਡੀਓ ਦੀਆਂ ਪਾ ਦੇਣੀਆਂ ਜਾਂ ਸ਼ੋਰਟ ਪਾਉਣੀਆਂ ਹੀ ਪਾਉਣੀਆਂ ਉੱਥੇ ਭਾਈ ਨੇ। ਤਾਂ ਤੁਸੀਂ ਨਾ ਗਾਣੇ ਦਾ ਨਾ ਜਿਹੜਾ ਆਹ ਬੋਲ ਵੀ ਥੋੜ੍ਹਾ ਜਿਹਾ ਸੁਣਦੇ ਹੋ ਜਾਇਓ। ਸੁਣਦੇ ਆ ਰਹਿੰਦੇ ਮੁੰਡੇ ਉੱਥੋਂ ਕਰ ਜੀ, ਜ਼ਿੰਦਗੀ ਆ ਚੱਲਦੀ ਆ ਕਿਹਦੇ ਨਾਮ 'ਤੇ, ਸੁਣੇ ਆ ਵੇ ਬਚਦੇ ਆ ਸਾਨੂੰ ਕੰਮ 'ਤੇ, ਸੁਣਾ ਪੈਂਦਾ ਜਰਾਨੀ। ਤਾਂ ਦੋਸਤੋ, ਜਾਂਦੇ ਜਾਂਦੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਕਿਉਂਕਿ ਇਸ ਗਾਣੇ ਨੂੰ ਬਣਾਉਂਦਾ ਇੱਕ ਮਤਲਬ ਆ ਕਿ ਰੱਬ ਨਾਲ ਮੈਂ ਸੱਚਾ ਚੱਲਿਆ ਅਤੇ ਲੋਕ ਪੁੱਛਦੇ ਨੇ ਕਿੱਥੇ ਮੱਥਾ ਟੇਕਿਆ ਅਤੇ ਕਿੱਥੇ ਨਹੀਂ। ਅੱਜ ਮਾੜਾ ਟਾਈਮ ਆ, ਕੱਲ੍ਹ ਚੰਗਾ ਆਊਗਾ, ਲੇਕਿਨ ਕੰਮ ਕਰਨਾ ਪੈਂਦਾ, ਰੱਬ ਨਾਲ ਜੁੜੇ ਰਹਿਣਾ ਪੈਂਦਾ। ਡਿਸਪਰੈਸ਼ਨ ਲੈਣ ਦਾ, ਦਿਮਾਗ 'ਤੇ ਬੋਝ ਲੈਣ ਦਾ ਕੋਈ ਫਾਇਦਾ ਨਹੀਂ। ਬੋਝ ਨਾ ਲਓ, ਸਵੇਰੇ ਉੱਠਦੇ ਬਸ ਰੱਬ ਦਾ ਨਾ ਲਓ। ਇੱਕ ਇੱਕ ਸਾਹ ਚੱਲਦਾ ਉਸੇ ਤਰ੍ਹਾਂ, ਇੱਕ ਇੱਕ ਸੈਕਿੰਡ ਚੱਲਦਾ, ਅਤੇ ਰੱਬ ਨੇ ਟਾਈਮ ਸਾਰਿਆਂ ਲਈ ਬੰਨਿਆ ਆ। ਅਤੇ ਇੱਕ ਇੱਕ ਮਿੰਟ ਦੇ ਵਿੱਚ ਸਾਰੀ ਜ਼ਿੰਦਗੀ ਨੂੰ ਸਮਝੋ ਕਿ ਆਪਾਂ ਕੀ ਕਰ ਸਕਦੇ ਕਿ ਨਹੀਂ। ਜਾਂਦੇ ਜਾਂਦੇ ਕਰਦਾ ਤੁਹਾਡਾ ਧੰਨਵਾਦ।